ਜਲੰਧਰ ਵਾਲੇ ਭਾਈ ਸਾਹਿਬ ਧਰਮਵੀਰ ਸਿੰਘ ਜੀ ਸੇਵਾਲ ਅਤੇ ਭਾਈ ਸਾਹਿਬ ਨਵਨੀਤ ਸਿੰਘ ਜੀ ਜਲੰਧਰ ਵਾਲੇ ਭਾਗ ਲੈ ਰਹੇ ਨੇ। 6:45 ਤੋਂ 8:30 ਤੱਕ ਇਹ ਆਤਮਰਸ ਕੀਰਤਨ ਚੱਲੇਗਾ। ਰੇਡੀਓ ਦੇਸ਼ ਪੰਜਾਬ ਸੁਣਦੇ ਸਾਰੀ ਹੀ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਉਹ ਜਿੱਥੇ ਆਪਣੇ ਘਰਾਂ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਲੈਂਦੇ ਨੇ, ਇਹੋ ਜਿਹੇ ਮੌਕੇ ਬਹੁਤ ਘੱਟ ਬਣਦੇ ਨੇ ਜਿੱਥੇ ਕਿ ਇੰਨੇ ਉਤਸਤ ਗੁਰੂ ਦੀ ਉਤਸਤ ਕਰਨ ਵਾਲੇ ਜਥੇ ਗੁਰੂ ਘਰ ਆਏ ਹੋਣ। ਅਸੀਂ ਗੁਰੂ ਘਰ ਪਹੁੰਚ ਕੇ ਗੁਰੂ ਦੀ ਗੁਰਬਾਣੀ ਕੀਰਤਨ ਦਾ ਆਨੰਦ ਮਾਣੀਏ। ਲਓ ਜੀ, ਹੁਣ 6:45 ਤੋਂ ਲੈ ਕੇ 8:30 ਤੱਕ ਗੁਰੂ ਦੇ ਕੀਰਤਨੀਆਂ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਜਿਸ ਜਗ੍ਹਾ 'ਤੇ ਵੀ ਆਵਾਜ਼ ਜਾਂਦੀ ਹੈ ਨੈੱਟ ਦੇ ਰਾਹੀਂ, ਅਰਜੁਨ ਬੇਨਤੀ ਹੈ ਕੇਵਲ 3 ਦਿਨ ਦਾ ਸਮਾਗਮ ਹੋਰ ਇਹ ਕੌਂਸਲ ਦਾ ਜੋ ਇਸ ਸਾਲ ਦਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸੰਪੂਰਨਤਾ ਦਿਵਸ। ਸਤਿਗੁਰਾਂ ਨੇ ਕਿਰਪਾ ਕੀਤੀ, ਸਾਨੂੰ ਇਹ ਖੁਸ਼ੀਆਂ ਦਾ ਮੌਕਾ ਬਖਸ਼ਿਆ। ਜਗਤ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਸਰਬ ਕਲਾ ਸਮਰੱਥ, 16 ਕਲਾ ਸੰਪੂਰਨ ਮਨੁੱਖ ਹੋ ਸਕਦਾ ਹੈ ਜਿਹੜਾ ਪਰਮਾਤਮਾ ਉਹ ਸਰਬ ਕਲਾ ਸਮਰੱਥ ਹੁੰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੇ ਗੁਰੂ ਸਾਡੇ ਪਰਮਾਤਮਾ, ਜਿੰਨੇ ਵੀ ਸ਼ਰਧਾ ਦੇ ਨਾਲ ਅਸੀਂ ਗੁਰੂ ਦਾ ਸਤਿਕਾਰ ਕਰਾਂਗੇ ਉਹਨਾਂ ਹੀ ਸਾਡੇ ਲਈ ਬਹੁਤ ਚੰਗਾ ਹੈ। 10 ਜਾਮੇ ਲੱਗੇ ਇਸ ਗੁਰੂ ਨੂੰ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ। ਸਾਨੂੰ ਸੰਪੂਰਨਤਾ ਦਿਵਸ ਦਾ ਭਾਵ ਹੈ ਕਿ ਪੂਰੇ ਗੁਰੂ ਦੇ ਨਾਲ ਸਾਨੂੰ 10 ਗੁਰੂਆਂ ਨੂੰ ਜੋੜ ਕੇ ਗਏ। ਸਿੱਖ ਕਦੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਇਲਾਵਾ ਕਿਸੇ ਨੂੰ ਨਾ ਮੰਨੇ, ਇਹ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਹੈ। ਗੁਰੂ ਪਾਤਸ਼ਾਹ ਕਿਰਪਾ ਕਰ ਇਹ ਬਚਨ ਤੇ ਪਹਿਰਾ ਦਿੱਤਾ ਜਾਵੇ। ਜਿਹੜੇ 52 ਹੁਕਮ ਸਤਿਗੁਰਾਂ ਨੇ ਕੀਤੇ ਹਨ, ਜੇ ਉਹਨਾਂ ਵਿੱਚੋਂ 5 ਵੀ ਮੰਨ ਲਈਏ ਤੇ ਇਹ ਵੀ ਬਹੁਤ ਨੇ। 52 ਹੁਕਮ ਮੰਨਣੇ ਬਹੁਤ ਔਖੇ ਨੇ, ਤੁਸੀਂ ਪੜ੍ਹੇ ਹੋਣੇ। ਜੇ ਗੁਰੂ ਦਾ ਸਿੱਖ ਈਰਖਾ ਤਿਆਗ ਕੇ ਗੁਰੂ ਦੇ ਲੜ ਲੱਗ ਜਾਏ, ਇਹ ਸਭ ਤੋਂ ਵੱਡੀ ਗੱਲ ਹੈ। ਗੁਰੂ ਆਸ਼ੇ ਅਨੁਸਾਰ ਆਪਦਾ ਜੀਵਨ ਗੁਜ਼ਾਰੇ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੇ, ਗੁਰੂ ਦੇ ਦੀਦਾਰ ਕਰੇ, ਕਿਸੇ ਨਾਲ ਵੈਰ ਵਿਰੋਧ ਨਾ ਰੱਖੇ, ਸਾਰਿਆਂ ਨਾਲ ਏਕਤਾ ਰੱਖੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰ ਇਹ ਸ਼ਰਧਾ ਭਾਵਨਾ ਸਾਡੇ ਮਨ ਦੀ ਸਥਿਤੀ ਬਣ ਜਾਏ, ਤਾਂ ਇਹ ਸਤਸੰਗ ਦੀਆਂ ਕੜੀਆਂ ਕੀਤੀਆਂ ਸਫਲ ਨੇ। ਆਪ ਸੰਗਤ ਨੂੰ ਮੈਂ ਦੇਖਦਾ, ਰੋਜ਼ਾਨਾ ਤੁਸੀਂ ਦਰਸ਼ਨ ਕਰਨ ਆਉਂਦੇ ਹੋ, ਗੁਰੂ ਪਾਤਸ਼ਾਹ ਕਿਰਪਾ ਕਰਨ ਤੁਹਾਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਣ, ਇਹ ਸਤਸੰਗ ਦੀਆਂ ਕੜੀਆਂ ਪ੍ਰਾਪਤ ਹੋਣ, ਇਹ ਜਗ ਜਲਤਾ ਦੇਖ ਕੇ ਭੱਜ ਪਏ ਸਤਿਗੁਰ ਸ਼ਰਨ। ਆਓ ਹੁਣ ਅੱਜ ਦੇ ਦੀਵਾਨ ਦੀ ਪ੍ਰਾਰੰਭਤਾ ਕਰ ਰਹੇ ਨੇ ਬਹੁਤ ਹੀ ਸੁਰੀਲੇ ਕੀਰਤਨੀ ਭਾਈ ਨਵਨੀਤ ਸਿੰਘ ਜੀ ਜਲੰਧਰ ਵਾਲੇ, ਉਹ ਆਪ ਜੀ ਨੂੰ ਕੀਰਤਨ ਦੇ ਨਾਲ ਜੋੜਨਗੇ। ਇਸੇ ਤਰ੍ਹਾਂ ਅਸੀਂ 3 ਜਥੇ ਰਲ ਕੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸਿਫਤ ਸਲਾਹ ਦੇ ਵਿੱਚ ਜਿੜਾਂਗੇ। ਆਓ ਪਿਆਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ।
सास हर ध्यान
करो कृपा सो जन
Sa 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 s
जानकी
नानक देव देव
साहिब एक माल धन गुरु ग्रंथ साहब पातशाह जी दी तुरकी बाणी आई तिन सगली चिंत बटाई जो सारिया चिंतावां नूं मुक्त कर दी चिंतावां नूं मुक्त दा भाव है कि जदों आपां गुरु की बाणी पढ़ते हैं आसा की वार विच एक पंक्ति आउंदी है जा रहना नाही ऐत जग ता कायत घर बहंडी है उदो मनुख का मन हल्का होता है कि जो संसार च सदा रहना है नहीं तो फिर हंकार केड़ी गल गुरबाणी पढ़ के गुरबाणी ऐसे अनुसार जीवन बताना यह गुरु ग्रंथ साहब पातशाह जी की कृपा हो गल बनती बड़ी एकाग्रता दे नाल बड़ी भावना दे नाल भाई नवनीत सिंह होना ने आप जी को शब्द सरवण करवाया से संजोग करो मेरे प्यारे जे तरसना हर नाम पहुंचाए टेक सी जन की भूख तेरा नाम आहार तू दाता रब देवन हार जदो अधिक कोलो मंगिए होरना दी आस छड के केवल गुरु को लाइए ये सारिया दाता इथों मिलदिया ने गुरु पातशाह कृपा करन अपने चरणा नाल जोड़ी रखन आओ हुण अगला जथा बहुत ही प्यार वाला जिन्हां ते साहिबां दी बख्शिश है ते एक निकला पण है वड्डे वड्डे जथिआं नूं भी कमरिआं च ट्यूना बना के आउणा पैंदा है ऐसा जथा जिहड़ा स्टेज च ट्यूना तैयार कर ते सतगुरां ने माण बख्शिआ है गुरु पातशाह कृपा कर इसे तरह सतगुरु कृपा करदे रहे भाई साहब भाई धर्मवीर सिंह जी की सेवा आप जी नूं कीर्तन कर दिओ वाहिगुरु का खालसा वाहिगुरु वाहे मेरा भ्रा
तू मेरा राखा Thank you.
Jesus.
Oh,
Oh, man.
Guru, 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 Gu
ਸ਼ਰਦਾ ਪੂਰੀ ਸਤਿਗੁਰ ਹੋਏ Thank you.
ਚਾਲੀ ਗੁਰ ਚਾਲੀ ਹਾਂ ਗੁਰ ਸਿੱਖ ਜਪੋ ਹਰ ਜਪਣਾ
ਹਰ ਜਪਨਾ 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 Like to
ऐसी मांग गोविंद दे, ऐसी मांग
Thank you.
तुम हो सब राजन के राजा, तुम हो सब राजन गरीब निवा गरीब निवा राजन के राजा महाराजन के महाराजा ऐसो राज Oh, my goodness.
ਲੈ ਪਿਆਰੇ ਹੋਣਾ ਪਾਈਏ ਸ਼ਬਦ ਮੈਂ ਖੋਟ ਸ਼ਬਦ ਮੈਂ
ਗੁਰੂ ਸਾਹਿਬ ਸੰਗਤ ਜੀ ਬੜੀ ਇਕਾਗਰਤਾ ਦੇ ਨਾਲ ਆਪਾਂ ਸਾਰਿਆਂ ਨੇ ਰਲ ਕੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੋਦ ਵਿੱਚ ਜੁੜ ਬੈਠੇ ਹਾਂ। ਧੰਨਵਾਦ ਆਪ ਜੀ ਦਾ, ਧੰਨਵਾਦ ਹੈ ਸਤਿਗੁਰਾਂ ਦਾ ਜਿਨ੍ਹਾਂ ਨੇ ਆਪਣੀ ਨਿੱਘੀ ਗੋਦ ਬਖਸ਼ੀ ਹੈ। ਇਹ ਘੜੀਆਂ ਸਫਲ ਨੇ, ਬਾਕੀ ਸੰਸਾਰ ਦੇ ਸਾਰੇ ਕੰਮ ਹੀ ਵਿਅਰਥ ਨੇ। ਕੇਵਲ ਗੁਰੂ ਦੀ ਸੰਗਤ ਪਰਮਾਤਮਾ ਦਾ ਨਾਮ ਹੈ ਜੋ ਮਨੁੱਖ ਦੀ ਆਤਮਾ ਦੇ ਨਾਲ ਜਾਂਦਾ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ ਸਾਨੂੰ ਆਪਣੇ ਚਰਨਾਂ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਕੀਰਤਨ ਕਰਨ ਦਾ ਬਲ ਬਖਸ਼ਣ। ਆਪ ਜੀ ਦਾ ਧੰਨਵਾਦ। ਰਹਿੰਦੇ ਕੱਲ੍ਹ ਔਰ ਪਰਸੋਂ ਐਤਵਾਰ ਤੱਕ 2 ਤਰੀਕ ਤੱਕ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸੰਪੂਰਨਤਾ ਦਿਵਸ ਮਨਾਉਣਾ ਹੈ। ਆਪ ਜੀ ਨੇ ਇਸੇ ਤਰ੍ਹਾਂ ਹਾਜ਼ਰੀਆਂ ਭਰਨੀਆਂ ਨੇ। ਗੁਰੂ ਅੱਗੇ ਅਰਦਾਸ ਬੇਨਤੀ ਜੋਦੜੀ ਕਰਨੀ ਹੈ, ਪਾਤਸ਼ਾਹ ਇਹ ਨਾ ਹੋਵੇ ਦਾਤ ਪਿਆਰੀ ਵਿਸਰਿਆ ਦਰਬਾਰਾ, ਉਸ ਦਾਤੇ ਨੂੰ ਭੁੱਲ ਜਾਈਏ ਜਿਹਨੇ ਦਾਤਾਂ ਦੇ ਕੇ ਨਵਾਜੇ ਹੈ। ਸਤਿਗੁਰੂ ਅੱਗੇ ਅਰਦਾਸ ਬੇਨਤੀ ਜੋਦੜੀ ਕਰਿਆ ਕਰੋ। ਆਓ ਪਿਆਰ ਦੇ ਨਾਲ ਅਨੰਦ ਸਾਹਿਬ ਜੀ ਦੇ ਜਾਪ ਨਾਲ ਜੁੜੀਏ। ਰਹਿੰਦੇ ਦੀਵਾਨਾਂ ਵਿੱਚ ਵੀ ਆਪ ਜੀ ਨੇ ਹਾਜ਼ਰੀਆਂ ਭਰਦੀਆਂ ਨੇ। ਆਓ ਪਿਆਰ ਦੇ ਨਾਲ ਅਨੰਦ ਸਾਹਿਬ ਜੀ ਦੇ ਜਾਪ ਨਾਲ ਜੁੜੀਏ। ਰਾਮ ਕਲੀ ਹਲਤੀ ਜਾ ਅਨੰਦ ਕੋ ਰੰਗ ਪਿਆ ਮਿਲਣਾ ਸਤਿਗੁਰੂ ਨੇ ਪਾਇਆ ਸਤਿਗੁਰ ਕਾ ਪਾਇਆ ਸਹਿਣ ਸਿੱਧੀ ਮਨ ਦੀਆਂ ਵਰਦਾਨ ਰਾਗ ਪਰਵਾਰ ਬਣੀਆਂ ਸ਼ਬਦ ਨਾ ਬਣੀਆਂ ਸਬਦੋਂ ਕਾ ਨਾ ਹੋਈ ਕੇਰਾ ਮਨ ਜਨੀ ਵਸਾਇਆ ਮੈਨੇ ਨਾ ਪਿਆ ਨਾ ਹੋਇਆ ਸਤਿਗੁਰੂ ਨੇ ਪਾਇਆ ਏ ਮਨ ਮੇਰੇ ਅਤੁ ਸਦਾ ਰਹੋ ਕਰਨਾ ਦੇ ਹਰਨਾਲ ਰਹੋ ਤੁਮਨ ਮੇਰੇ ਤੂੰ ਸਭ ਸਾਰਨਾ ਮੰਗੀਲਾ ਕਰੇ ਤੇਰਾ ਕਾਜ ਸਭ ਸਵਾਰਨਾ ਸਭਨਾ ਆਪਣੀ ਜਿੰਨੀ ਰਾਤ ਪਿਆ